ਤੇ ਕਿਰਪਾ ਕਰਕੇ ਜ਼ਰੂਰ ਪਹੁੰਚਾ ਕਰ ਦਿਓ, ਤੇ ਜੇ ਕੋਈ ਭੁਲੇਖਾ ਕੱਢ ਗਿਆ ਫਿਰ ਤੇ ਗੱਲ ਹੀ ਵੱਖਰੀ ਹੈ। ਭਰਾ ਕਹਿੰਦੇ ਵੀ ਜਿਹੜਾ ਵੀਰ ਦੱਸੋ ਮੋਟਰਸਾਈਕਲ ਬਾਰੇ ਜਾਣਕਾਰੀ ਦੇਊ ਆਪਾਂ 10,000 ਦਾ ਸਨਮਾਨ ਕਰ ਦਿਆਂਗੇ। ਬੇਨਤੀ ਹੈ ਜਿਹੜੇ ਵੀਰ ਆਪੋ ਆਪਣੇ ਮੋਟਰਸਾਈਕਲਾਂ ਤੇ ਆਏ ਆ ਜ਼ਰੂਰ ਧਿਆਨ ਰੱਖਿਆ ਕਰੋ। ਹਰ ਇੱਕ ਮੇਲੇ ਤੋਂ 2-4 ਮੋਟਰਸਾਈਕਲ ਪੱਕੇ ਚੱਕੇ ਜਾਂਦੇ ਆ। ਹੁਣ ਤੇ ਇਹ ਜੇ ਹਾਲਾਤ ਹੋ ਗਏ ਢਿੱਲੋਂ ਸਾਹਿਬ, ਪੁਲਿਸ ਵਾਲਿਆਂ ਦੇ ਮੋਟਰਸਾਈਕਲ ਲੈ ਜਾਂਦੇ ਆ ਥਾਣੇ ਚੋਂ, ਇਹਦੇ ਆਪ ਦੀ ਰਾਖੀ ਆਪ ਕਰਨੀ ਪੈਣੀ ਹੈ। ਬੇਨਤੀ ਹੈ ਮੇਰੀ, ਚੋਰ ਬਹੁਤ ਆਉਂਦੇ ਆ, ਕਿਰਪਾ ਕਰਕੇ ਆਪਣਾ ਧਿਆਨ ਰੱਖਿਓ। ਕਈ ਵਾਰੀ ਭੁਲੇਖੇ ਨਾਲ ਵੀ ਲੈ ਜਾਂਦਾ ਹੈ। ਇੱਕ ਟੂਰਨਾਮੈਂਟ ਸੀ, ਉਹ ਬਾਈ ਦਾ ਪਿੰਗ ਸਿੰਘ ਲੱਗਿਆ ਸੀ, ਉਹਨੇ ਚਾਬੀ ਲਾਈ, ਆਖਿਆ ਮੇਰੀ ਮੋਟਰਸਾਈਕਲ ਹੈ। ਉਹ ਮਾਰੀ ਕਿੱਕ ਦੇ ਘਰੇ ਲੈ ਗਿਆ, ਜਾ ਕੇ ਸੌਂ ਗਿਆ। ਉਹ ਵਿਚਾਰਾ ਬੁਲਾਈ ਗਿਆ ਵੀ ਮੋਟਰਸਾਈਕਲ ਜਦੋਂ ਤੜਕੇ 3 ਵਜੇ ਫਾਈਨਲ ਹੋਇਆ, ਇੱਕ ਮੋਟਰਸਾਈਕਲ ਖੜਾ, ਬਾਕੀ ਦੇ ਪ੍ਰਬੰਧ ਕਮੇਟੀ ਵਾਲਿਆਂ ਦੇ ਟੀਮਾਂ ਗੱਡੀਆਂ 'ਤੇ ਆਈਆਂ। ਫਿਰ ਪਤਾ ਲੱਗਿਆ ਵੀ ਭੁਲੇਖੇ ਨਾਲ ਲੈ ਗਿਆ। ਹੋ ਸਕਦਾ ਵੀ ਕੋਈ ਭੁਲੇਖੇ ਨਾਲ ਲੈ ਗਿਆ ਹੋਵੇ, ਕਈ ਵਾਰੀ ਖਾਧੀ ਪੀਤੀ ਹੁੰਦੀ ਹੈ ਤੇ ਗੱਲ ਦੇ ਹੁਣ ਦਿਲ ਖੜਾਉਂਦੀ ਹੈ, ਬਾਕੀ ਪਤਾ ਲੱਗ ਜਾਣਾ। ਦੇਖ ਫਾਈਨਲ ਦੇ ਕੀ ਬਣਦਾ ਹੈ, ਜੇ ਤੇਰੇ ਕਰਮਾ ਸੋਇਆ ਫਿਰ ਕਿਤੇ ਨਹੀਂ ਜਾਂਦਾ, ਤੈਨੂੰ ਮਿਲ ਜਾਣਾ। ਬਹੁਤ ਮਾੜੀ ਗੱਲ ਹੈ ਭੁਲੇਖੇ ਨਾਲ। ਇੱਕ ਗੱਲ ਹੋਰ ਹੈ ਨੰਬਰਦਾਰ, ਤੇਰੀ ਗੱਲ ਵਿਚਾਲੇ ਹੈ, ਆ ਫਿਰਦਾ ਨੱਥੂ ਵਾਲੀ ਆ ਪ੍ਰਧਾਨ, ਮੈਨੂੰ ਕਹਿੰਦਾ ਵੀ ਨੈਣੇ ਵਾਲੀ ਅੱਜ ਤੇ ਫੁੱਲ ਕਰਾ ਕੇ ਲੈ ਆਇਆ। ਲੋਕੋ ਟੂਰਨਾਮੈਂਟ ਸੀ ਤੇ ਆਇਆ, ਪੈਰ ਪੱਟ ਕੇ ਸਾਰੇ ਤੇ ਲੈ ਗਿਆ। ਜਦੋਂ ਪ੍ਰਧਾਨ ਨੇ ਕਿੱਕ ਮਾਰੀ, ਮੈਂ ਪ੍ਰਧਾਨ ਮੋਟਰਸਾਈਕਲ ਠੰਡਾ ਲੱਗਦਾ ਉੱਠਦਾ ਨੀ। 2-3 ਕਿੱਕਾਂ ਮਾਰੀਆਂ, ਮੋਟਰਸਾਈਕਲ ਨਾ ਉੱਠਿਆ। ਮੈਂ ਯਾਰ ਤੇਲ ਘੱਟ ਲੱਗਦਾ, ਕਹਿੰਦਾ ਟੈਂਕੀ ਅੱਜੀ ਭਰੀ ਹੈ। ਜਦੋਂ ਦੇਖਿਆ ਤੇ ਸਾਰੀ ਟੈਂਕੀ ਖਾਲੀ, ਫਿਰ ਪ੍ਰਬੰਧਕਾਂ ਨੇ ਮੋਟਰਸਾਈਕਲ ਦੇ ਉੱਤੇ ਤੇਲ ਕੱਢਿਆ ਤੇ ਫਿਰ ਨੱਥੋ ਵਾਲੀ ਪ੍ਰਧਾਨ ਪਿੰਡ ਗਿਆ। ਚੋਰਾਂ ਨੂੰ ਮੋੜ ਪੈਂਦੇ ਹੈ, ਪੁਰਾਣੇ ਖੁੰਡ ਹੈ ਗੋਗੀ ਅਰਗੇ, ਬੱਬੂ ਅਰਗੇ, ਸਣੀ ਅਰਗੇ, ਇਹ ਵੀ ਕਹਿੰਦੇ ਪੁਰਾਣੇ ਖੁੰਡ ਹੈ। ਬੋਲਦਾ ਬੋਲਦਾ ਵੀਰੇ, 2-3 ਵਾਰ ਬੋਲਦਾ ਪਾਲੀ ਵੀਰੇ, ਬੈਠੋ ਹਿੱਲਣ ਲੱਗ ਜਾਂਦਾ ਟੇਬਲ ਲਾਈਵ ਠੁੱਲੀ ਵਾਲੇ ਮੁੰਡੇ ਜਿੱਤ ਗਏ ਹੈ। ਇਹ ਹੈ ਮਿੱਠੂ ਠੁੱਲੀ ਵਾਲੀ ਆਪਣੀ ਟੀਮ ਜਿਤਾ ਗਿਆ, ਠੁੱਲੀ ਵਾਲ ਕੁਆਟਰ ਚ ਪੁੱਜ ਗਈ ਹੈ। ਰਮਣ ਵੀ ਆਇਆ ਤੇ ਆਪਣੇ ਨਾਲ ਕੀਤਾ
ਬੜਾ ਵਧੀਆ ਕਿਸਾਨ ਹੈ ਰਮਨ ਭਰਾ ਸਾਡਾ, ਕੈਨੇਡਾ ਦਾ ਵੀ ਖਿਆਲ ਆ ਗਿਆ ਚੜਦੇ ਹੁੰਦੇ ਧੂਰੀਆਂ ਦੇ ਨਾਲ ਇੱਧਰ ਰਸ਼ੇ ਵੀ ਡਾਕਟਰ ਸਾਹਿਬ ਕਿੰਨੇ ਕਿੰਨੇ ਨੰਬਰ ਹੋ ਗਏ ਆਓ ਜੀ ਫਤਿਹਪੁਰ ਜੁੱਤੀ ਤੇ ਜੋਧਪੁਰ ਦੀਆਂ ਟੀਮਾਂ ਇੱਕ ਨੰਬਰ ਚ ਜੋਧਪੁਰ ਵੀ ਆ ਗਈ ਹੈ ਫਤਿਹਪੁਰ ਜੁੱਤੀ ਵਾਲੇ ਮੁੰਡੇ ਜੀ ਫਤਿਹਪੁਰ ਜੁੱਤੀ ਦੀ ਟੀਮ ਆਓ ਜੀ ਗਰਾਊਂਡ ਚ ਗੁੱਡੇ ਕਾਰੀ ਨੰਬਰ ਸੁਣੀ ਦੋ ਨੰਬਰ ਗਰਾਊਂਡ ਦੇ ਜ਼ੋਰ ਮੇਰਾ ਵੀਰ ਜੀ ਛੇ ਨੰਬਰ ਬਲਾੜੀ ਦੀ ਟੀਮ ਦੇ ਆ ਤੇ ਦੋ ਨੰਬਰ ਜਿਹੜੇ ਉਹ ਬਾਰੇ ਗਾਲੀ ਫਿਰਦੀ ਫਿਰ ਕੈਨੇਡਾ ਕਲੱਬ ਬਾਰੇ ਗਾਲੀ ਜਿੰਦੇ ਛੇ ਟੂਰਨਾਮੈਂਟ ਜੇਤਾ ਦੇ ਨਾਲ ਅੱਜ ਦੇ ਇਸ ਖੇਡ ਟੂਰਨਾਮੈਂਟ ਦਾ ਫੈਨ ਸ਼ੂਟਰ ਬਣਦਾ ਤੇ ਭਰਾ ਦਾ ਮਾਨ ਵੀਰ ਕਹਿੰਦਾ ਆਪਾਂ 3100 ਦੀ ਨਗਦ ਰਾਸ਼ੀ ਨਾਲ ਕਰ ਜਾਂਗੇ ਔਰ ਰਾਏਕੋਟ ਦਾ ਜਿੱਤਣ ਵੀ ਇਸੇ ਤਰ੍ਹਾਂ ਜੇ ਆਪਣੀ ਟੀਮ ਨੂੰ ਜਿਤਾਉਂਦਾ ਟੀਮ ਜਿੱਤਦੀ ਆ ਸ਼ੂਟਰ ਬਣਦਾ ਰਾਏਕੋਟੀ ਆ ਜਿੰਦਰ ਤੇ ਜਿੰਦਰ ਰਾਏਕੋਟੀ ਦਾ ਵੀ ਮਾਨ ਸਨਮਾਨ ਬਈ ਯਾਰ ਸ਼ਰਮਾ ਘਨੌਰ ਭਰਾ ਕਹਿੰਦਾ ਵੀ 3100 ਨਾਲ ਕਰਾਂਗੇ ਆਪਾਂ ਮਾਨ ਵੱਡੇ ਆ ਤਾਰਾ ਬਈ ਮਿੱਠੂ ਦਾ ਸਨਮਾਨ ਕੀਤਾ ਜਾਣਾ ਪ੍ਰਬੰਧ ਕਮੇਟੀ ਦੇ ਵੱਲੋਂ ਵੀ ਬਹੁਤ ਆਪਣਾ ਖੇਡਿਆ ਦੂਜੀ ਵਾਲੀ ਆ ਮਿੱਠੂ ਤੇ ਨਾਲ ਠੁਲੀ ਵਾਲ ਦਾ ਨੈਟ ਮੈਨ ਜੀ ਦੋਨੋਂ ਖਿਡਾਰੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣਗੇ ਮਿੱਠੂ ਠੁਲੀ ਵਾਲ ਤੇ ਠੁਲੀ ਵਾਲ ਦੀ ਟੀਮ ਦਾ ਨੈਟ ਮੈਨ ਦੋਨੋਂ ਵੀਰ ਆ ਕੇ ਹਰਵਿੰਦਰ ਠੁਲੀ ਵਾਲ ਉਹ ਭਰਾ ਕੇ ਆਪਣਾ ਹਰਜੀ ਵੀਰੇ ਹਰਜੀ ਜੋਗੀਆ ਇਹ ਵੀ ਤਰਨ ਧੌਲ ਮਾਰੇ ਨੇ ਮੈਚ ਲਾ ਸੁਣਾ ਇੱਕ ਨੰਬਰ ਚ ਫਤਿਹਪੁਰ ਯੂਪੀ ਦੀ ਟੀਮ ਆ ਗਈ ਹੈ ਜੀ ਯੋਧਪੁਰ ਵਾਲੇ ਮੁੰਡੇ ਵੀ ਆ ਗਏ ਅਗਰ ਦੇਰੀ ਕਰਦੀ ਹੈ ਮੈਚ ਕਿਉਂ ਨੀ ਚੱਲਦਾ ਹੈ ਚਲਾਈਏ ਮੈਂ ਜਲਦੀ ਦੇ ਨਾਲ ਕਿਰਪਾ ਕਰਕੇ ਚਲਾ ਦਈਏ ਮੈਚ ਹਾਂਜੀ ਦਿਲਸਾਰ ਜੀ ਜੱਗੂ ਵੀ ਆ ਗਿਆ ਮੇਰਾ ਨਾਲ ਲਾਈਵ ਵੀ ਜੱਗੂ ਮਹਿਲਕ ਜੱਗੂ ਮਹਿਲ ਕਲਾਲਾ ਬੜਾ ਪੁਰਾਣਾ ਹੈ ਬੜੇ ਲੰਬੇ ਸਮੇਂ ਤੋਂ ਖੇਡਦਾ ਰਹੇ ਜੱਗੂ ਮਹਿਲ ਕਲਾਲਾ ਇਹ ਵੀ ਨੰਬਰਦਾਰਾ ਦੇਖਿਆ ਵਾ ਖੇਡਦਾ ਤੂੰ ਜੱਗੂ ਸਮੇਂ ਸਮੇਂ ਦੀ ਗੱਲ ਹੈ ਮਹਿਲ ਕਲਾਲਾ ਜੱਗੂ ਯਾਰਾਂ ਦਾ ਯਾਰ ਹੈ ਬਹੁਤ ਸੋਹਣਾ ਮੈਚ ਲੋ ਚਲਾ ਦਈਏ ਜੀ ਮੈਚ ਜਲਦੀ ਦੇ ਨਾਲ ਕੰਮ ਆਖਿਆ ਇਸ ਨੂੰ ਸੁਣਿਆ ਕਰਦੀ ਸਮੇਂ ਦੇ ਨਾਲ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹਾਂ ਭਰਾ ਸਾਡਾ ਸਾਹੂ ਵਾਲੀਆ ਵੀਰ ਵੀ ਜੇਕਰ ਬਾਰੇਕਾ ਦੀ ਟੀਮ ਅੱਜ ਜੇਤੂ ਰਹਿੰਦੀ ਹੈ ਪਹਿਲੇ ਨੰਬਰ ਤੇ ਬਾਰੇਕਾ ਦੇ ਵਿਕਾਸ ਦਾ ਸਨਮਾਨ ਜਿਹੜਾ ਆਪਾਂ 2100 ਦੀ ਨਗਦ ਰਾਸ਼ੀ ਦੇ ਨਾਲ ਰਸਾਲੀਆ ਖੇਡ ਦੇ ਟੂਰਨਾਮੈਂਟ ਚ ਕਰਾਂਗੇ ਸਾਥੀ ਡੀਕ ਰਹੇ ਹੈ ਮਿੱਠੂ ਠੁਲੀਆ ਜੀ ਆਓ ਸਨਮਾਨ ਕੀਤਾ ਜਾਣਾ ਹੈ ਪ੍ਰਬੰਧ ਕਮੇਟੀ ਵਜੇ ਨਾਲ ਹਰਵਿੰਦਰ ਠੁਲੀਆ ਰਾਜੇ ਦੋਨੋਂ ਟੀਮਾਂ ਲਾਈਨ ਅਪ ਹੋ ਜਾਣਗੀਆਂ ਜੀ ਫਤਿਹਪੁਰ ਜੁੱਤੀ ਤੇ ਜੋਧਪੁਰ ਵਾਲੇ ਮੁੰਡੇ ਰੈਫਰੀ ਸਾਹਿਬ ਲਾਈਨ ਅਪ ਕਰ ਲਓ ਜੀ ਟੀਮਾਂ ਦੋਨੋਂ ਟੀਮਾਂ ਲਾਈਨ ਅਪ ਹੋ ਜਾਣਗੀਆਂ
ਛੋਟੀ ਪਿੰਡ ਦੀ ਆ ਬਾਈ, ਅੱਜ ਪਿੰਡ ਦੀ ਆ, ਨਾਲ ਪ੍ਰਦੀਪ ਦਿਉਣਾ ਲੈ ਵੀ ਆਓ ਜੰਬੀ ਦੇ ਨਾਲ ਸਾਡੇ ਕਲੱਬ ਵਾਲੇ ਸਾਰੇ ਮੁੰਡੇ ਆ ਜਾਣ, ਬੰਦਾ ਬਿਮਾਰ ਸਾਡਾ ਵੀਰ ਜਿਸ ਕਰ ਜੈਸਾ ਕਾਲਾ ਗੂੜਾ ਹਣੀ ਬਿਮਾਰ ਤੇ ਦੀਪੂ ਗਰਾਊਂਡ ਚ ਆ ਜਾਣਗੇ, ਇਹਨਾਂ ਦੇ ਮਾਣ ਸਨਮਾਨ ਵੀ ਕੀਤੇ ਜਾਣੇ ਹੈ। ਇੱਕ ਨੰਬਰ ਗਰਾਊਂਡ ਚ ਆ ਜਾਣਗੇ ਭਰਾ, ਟੀਮਾਂ ਦੇ ਨਾਲ ਜਾਣ ਦਾ ਚੈਨ ਕਰਦੇ ਲਈ ਸਾਡੇ ਪ੍ਰਧਾਨ ਕੁਲਦੀਪ ਸਿੰਘ ਜੀ ਜਨੇਰ ਨਾਲ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਪ੍ਰਦੀਪ ਭਾਈ ਵਰਗੇ ਸਾਰੇ ਭਰਾ ਜਿਹੜੇ ਨਾਲ ਹੋਣਗੇ, ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ ਜਾਵੇਗੀ। ਸਾਰੇ ਕਲੱਬ ਵਾਲੇ ਵੀਰਾਂ ਨੂੰ ਬੇਨਤੀ ਕਰਦਾ, ਬਿਲਕੁਲ ਜੰਗ ਉਮਰ ਦੇ ਮੁੰਡੇ ਹੈ, ਨਵੀਂ ਸੋਚ ਗਾਂ ਵੱਡ ਸੋਚ ਦੇ ਮਾਲਕ, ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ। ਮੈਂ ਵੀ ਤਰਨ ਕੰਮ ਕਰਦੀ ਆਪਣਾ, ਗੱਲ ਫੇਰ ਟਿਕਾਣੇ ਲੱਗਣੀ ਹੈ। ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਪਹਿਚਾਣ ਕੀਤੀ ਜਾ ਰਹੀ ਹੈ, ਬਹੁਤ ਸੋਹਣੇ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਯੂਰਪੁਰ ਵਾਲੇ ਹੈ। ਪਿਛਲੇ ਮੈਚ ਵੀ ਲੀਡ ਪੱਟ ਕੇ ਦਿੱਤਿਆ ਤੇ ਆਹ ਮੁੰਡਿਆਂ ਦੇ ਸਿਰ ਤੇ ਅੱਜ ਤੇ ਕੋਈ ਨਾ ਕੋਈ ਰਿਕਾਰਡ ਬਣਾ ਕੇ ਇੱਧਰ ਜਾਣ ਪਹਿਚਾਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਨਾਲ ਸਾਡੇ ਪ੍ਰਧਾਨ ਕੁਲਦੀਪ ਸਿੰਘ ਜੀ 2 ਮਿੰਟ ਲਈ ਖਿਡਾਰੀਆਂ ਦਾ, ਖੇਡ ਪ੍ਰੇਮੀਆਂ ਦਾ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਗੇ ਪ੍ਰਧਾਨ ਕੁਲਦੀਪ ਸਿੰਘ ਜੀ ਚਨੇਰ। ਪ੍ਰਦੀਪ ਰਾਜੂ ਹਾਂਜੀ ਹਾਂਜੀ ਵੀਰੇ, ਮੈਂ ਕਵੀਰੇ ਮੈਂ ਕਹਿ ਸੋਰੀ ਵੀਰੇ ਯਾਰ, ਉੱਧਰ ਮੁੰਡੇ ਆ ਗਏ ਸੀ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ। ਦੱਸੋ ਦੱਸੋ ਵੀਰੇ, ਕਰੋ ਕਮੈਂਟ। ਜੋਧਪੁਰੀ ਦਾ ਮੈਚ ਵੀਰੇ ਸਟਾਰਟ ਹੋਣਾ ਗਾ, 2 ਲਾਈਵ ਨੇ ਗੇ ਵੀਰੇ, ਸਿਹਰੇ ਪੰਜਾਬ ਅਤੇ ਵਾਲੀਬਾਲ ਸ਼ੂਟਿੰਗ ਔਨ ਫਾਇਰ। ਪੁੱਛਣਾ ਕਰਿਆ ਕਰੋ ਭਰਾ ਬਣ ਕੇ, ਕਈ ਵਾਰੀ ਤੁਹਾਨੂੰ ਪਤਾ ਹੀ ਆ ਹੈ ਨਾ, ਸਾਰੀ ਦਿਹਾੜੀ ਧਿਆਨ ਮਾੜਾ ਮੋਟਾ ਕਈ ਵਾਰੀ ਵਗ ਜਾਂਦਾ ਹੋਰ ਪਾਸੇ। ਮੁੰਡੇ ਆ ਗਏ ਸੀਗੇ ਮੇਰੇ ਪਿੰਡ ਵਾਲੇ, ਉਹਨਾਂ ਨਾਲ ਗੱਲਬਾਤ ਲੱਗ ਗਈ ਗੱਲ। ਗਲਤੀ ਮਾਫ ਕਰਿਆ ਕਰੋ, ਛੋਟਾ ਵੱਡਾ ਭਰਾ ਸਮਝ ਕੇ ਕਈ ਵਾਰ ਲੰਘ ਜਾਂਦਾ ਵੀਰੇ ਕਮੈਂਟ। ਹਾਂਜੀ
ਰਾਮ ਕੋਟ ਹਰੀ ਸੀ ਜਿਹੜਾ ਜੋਗੀ ਵਾਲੇ ਨਾਲ ਜੋਗੀ ਵਾਲੇ ਨਾਲ ਮਰਦਾ ਹੈੜੀ ਵਾਲੇ ਬਹੁਤ ਸੋਹਣਾ ਖੇਡੀ ਜਾਂਦੇ ਆ ਜਿੰਨੇ ਵੀ ਸਾਡੇ ਪ੍ਰਾਈਵੇਟੀ ਹੋਈ ਜਿੰਨੇ ਵੀ ਗੁਰਪ੍ਰੀਤ ਵੀਰੇ ਮੈਚ ਇਹ ਬਾਰੇਕਾ ਤੇ ਮਰਦਾ ਹੈੜੀ ਦਾ ਮੈਚ ਆ ਮੇਰੇ ਵਾਲੇ ਨਹੀਂ ਚੱਲਦਾ ਜੀ ਪਹਿਲਾਂ ਸਵੇਰੇ ਮੇਰੇ ਵਾਲਾ ਵੀ ਨਹੀਂ ਚੱਲਦਾ ਜੀ
ਪੁਆਇੰਟ ਰਾਜਦੀਪ ਪੁੱਛਦੇ ਆ ਵੀਰੇ, ਗੁੱਲੀ ਪੁਆਇੰਟ ਕੀ ਨੇ ਗੁੱਲੀ ਵੀਰੇ? ਛੇ ਬਾਰਾਂ ਬਾਰਾਂ ਪੁਆਇੰਟ ਬਾਰਾਂ ਛੇ ਆ ਵੀਰੇ, ਉੱਧਰ ਬਾਰਾਂ ਨੇ ਉੱਧਰ ਛੇ ਨੇ। ਉੱਧਰ ਸਾਡੇ ਦਲਜੀਤ ਚਹਿਲ ਜੀ, ਮਨੂ ਚਹਿਲ, ਸੁਖ ਚਹਿਲ, ਅਮਰ ਚਹਿਲ, ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣੇ ਆ ਜੀ। ਉਹ ਆਪਣੇ ਮਾਨ ਸਨਮਾਨ ਪ੍ਰਾਪਤ ਕਰ ਲੈਣਗੇ ਤੇ ਨਾਲ ਮਿੱਠੂ ਠੁੱਲੀ ਵਾਲ ਸਾਡਾ ਵੱਡਾ ਖਿਡਾਰੀ ਇਸ ਇਲਾਕੇ ਦਾ, ਉਹਦਾ ਮਾਨ ਸਨਮਾਨ ਕੀਤਾ ਜਾਣਾ ਹੈ ਸਮੁੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਨਾਲ ਹਰਵਿੰਦਰ ਠੁੱਲੀ ਵਾਲ, ਉਹ ਭਰਾ ਵੀ ਆਪਣਾ ਸਨਮਾਨ ਲੈਣਗੇ ਜੀ। ਪ੍ਰਦੀਪ ਭਾਈ, ਮਿੱਠੂ ਭਾਈ ਆ ਗਿਆ ਸਨਮਾਨ ਕਰੀ ਆਪਾਂ, ਮਨੂ ਚਹਿਲ ਜੀ ਸਾਡੇ, ਅੰਬਰ ਚਹਿਲ, ਸੁੱਖੂ ਚਹਿਲ, ਦਲਜੀਤ ਚਹਿਲ ਜੀ, ਸਾਰੇ ਵੀਰ ਬਹੁਤ ਵੱਡੇ ਯੋਗਦਾਨ ਇਹਨਾਂ ਦੇ ਮਾਣ ਸਨਮਾਨ ਕੀਤੇ ਜਾ ਰਹੇ ਹੈ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ, ਨਾਲ ਹਰਵਿੰਦਰ ਠੁੱਲੀ ਵਾਲ ਤੇ ਮਿੱਠੂ ਠੁੱਲੀ ਵਾਲ ਉਸਤਾਦ, ਇਹਦੇ ਬਾਅਦ ਜਿਹੜਾ ਮਾਣ ਸਨਮਾਨ ਕੀਤਾ ਜਾਣਾ ਜੀ। ਤਿੰਨ ਨੰਬਰ ਦਾ ਮੈਚ ਨੰਬਰਦਾਰ ਜੀ ਦੱਸੋ, ਮੈਨੂੰ ਲੱਗਦਾ ਵੀ ਗਰਾਊਂਡ ਖਾਲੀ ਹੈ, ਗਰਾਊਂਡ ਨਹੀਂ ਆਪਾਂ ਖਾਲੀ ਛੱਡਣਾ ਬਈ। ਤਿੰਨ ਦੀ ਜੇਤੂ ਦੱਸ ਦਿਓ ਤੇ ਤਿੰਨ ਨੰਬਰ ਸਾਜਨੀ ਤੇ ਸੁਖੋਹੀ ਦੀਆਂ ਟੀਮਾਂ ਨੂੰ ਮਾਰੋ ਜੀ ਬਾਜ਼। ਲਾਲੀ ਖੁਰੀ 10 ਕੌਣ ਜਿੱਤੀ ਹੈ? ਤਿੰਨ ਨੰਬਰ ਗਰਾਊਂਡ ਦੇ ਸੋਹਣੀ ਵੀਰ, ਬਹੁਤ ਤਕੜਾ ਮੈਚ ਖੇਡਿਆ ਗਿਆ। ਸਾਜਨੀ ਦੀ ਟੀਮ ਆ ਗਈ ਵੀਰੇ, ਸਾਜਨੀ ਵਾਲੇ ਮੁੰਡੇ, ਠੀਕ ਹੈ ਜੀ। ਰਾਏ ਸਰ ਜੇਤੂ ਦੱਸੀ, ਰਾਏ ਸਰ ਜਿੱਤੀ ਬੁੱਟੇ ਬਾਈ ਘੋੜਨਾ ਆ ਗਿਆ ਲਵੀ। ਆਪਣੇ ਕੋਲੇ ਪਾਸੇ ਬਾਈ ਕਨਾਲਾ ਭਗਵਾਨਗੜ੍ਹ ਜੀ ਵੱਲੋਂ ਦੋਨੋਂ ਪੰਡ ਸੇਵਾਦਾਰਾਂ ਦੇ ਲਈ ਵੱਡੀ ਮਿਹਨਤ ਹੈ, ਧੰਨਵਾਦ ਹੈ। ਇੱਧਰ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਮਿੱਠੂ ਠੁੱਲੀ ਵਾਲ, ਬਹੁਤ ਲੰਬਾ ਸਮਾਂ ਹੋ ਗਿਆ, ਸੋਹਣੇ ਸੋਹਣੇ ਹੁੰਦੇ ਸੀ ਜਦੋਂ ਦੇ ਮਿੱਠੂ ਬਾਈ ਨੂੰ ਦੇਖਦੇ ਹੈ ਕਮੈਂਟਰੀ ਦੇ, ਉਦੋਂ ਬਹੁਤ ਲੰਬਾ ਸਮਾਂ ਬਾਅਦ ਸ਼ੁਰੂਆਤਾਂ ਕੀਤੀਆਂ ਤੇ ਅੱਜ ਵੀ ਕਹਿੰਦੇ ਉੱਨੀ ਚੜ੍ਹਾਈ ਹੈ ਗੱਭਰੂ ਦੀ। ਬਹੁਤ ਸੋਹਣਾ ਖਿਡਾਰੀ, ਸਰੀਰ ਸਾਂਭਿਆ, ਫਿੱਟ ਪਿਆ ਸਰੀਰ, ਵੱਡਾ ਮਾਣ, ਵੱਡਾ ਪਿਆਰ ਕਹਿੰਦੇ ਮਿੱਠੂ ਠੁੱਲੀ ਵਾਲ ਨੂੰ ਦਿੱਤਾ ਜਾ ਰਿਹਾ। ਪਿਆਰ ਹੁੰਦਾ ਹੈ, ਇਹ ਮਾਣ ਹੁੰਦਾ ਹੈ, ਨਾਲ ਸਾਡਾ ਹਰਵਿੰਦਰ ਠੁੱਲੀ ਵਾਲ ਹੈ, ਆਉਣ ਵਾਲੇ ਸਮੇਂ ਦਾ ਬਹੁਤ ਵਧੀਆ ਖਿਡਾਰੀ ਬਣਨਾ ਹੈ। ਇੱਕ ਪਿਆਰ, ਇੱਕ ਮਾਣ ਜਿਹੜਾ ਦਿੱਤਾ ਜਾ ਰਿਹਾ ਹੈ ਸਨੀ ਠੁੱਲੀ ਵਾਲ, ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਾਂਗੇ। ਪਿਆਰ ਮਾਨ ਜਿਹੜੇ ਦਿੱਤੇ ਜਾ ਰਹੇ ਹੈ ਸਾਡੀ ਸਮੁੱਚੀ ਖੇਡ ਕਲੱਬ ਦੇ ਵੱਲੋਂ, ਬਹੁਤ ਵੱਡਾ ਧੰਨਵਾਦ ਹੈ। ਤਿੰਨ ਨੰਬਰ ਦਾ ਮੈਚ ਲਾ ਲਈਏ ਪਲੀਜ਼, ਆਪਾਂ ਮੈਚ ਨਹੀਂ ਚੱਲਿਆ, ਸੰਪਰਕ ਕਰ ਲੈਂਦੇ। ਤਿੰਨ ਚ ਮੈਚ ਕਦੋਂ ਨੀ ਸ਼ੁਰੂ ਹੁੰਦਾ ਵੀਰੇ? ਤਿੰਨ ਚਾਸ ਹੋ ਗਈ ਜੀ, ਮੈਚ ਸ਼ੁਰੂ ਹੋਣ ਲੱਗਿਆ ਜੀ। ਮੈਂ ਮੜ ਪਾੜ ਲੈ ਗਿਆ ਮੈਂ ਸੋਨੇ ਤੋਂ ਖਰਾਬ ਹੋ ਗਿਆ।
ਪੈਂਦਾ ਹੁਣ ਤੈਨੂੰ ਕੀ ਦੱਸੀਏ ਜੇਲੇ ਨੂੰ ਪੁੱਛੀ ਛੋਟੇ ਨੂੰ ਸੱਠ ਘੱਟੀ ਜਿਸ ਕਾਰਨ ਧਨੇਠਾ ਜੀ ਦਾ ਸਨਮਾਨ ਕੀਤਾ ਜਾਣਾ ਵੀ ਭਰਾ ਸਨਮਾਨ ਲਵੇ ਜਿਸ ਕਾਰਨ ਧਨੇਠੇ ਵਾਲਾ ਬਹੁਤ ਸੋਹਣਾ ਖੇਡਿਆ ਗੱਭਰੂ ਲੈ ਵੀ ਆ ਜਿਸ ਕਾਰਨ ਧਨੇਠਾ ਜੀ ਦੇ ਰੁਮਾਲ ਵੱਢੀਆਂ ਮੁੰਡੇ ਕਹਿੰਦੇ ਸਿਰ ਤੇ ਆ ਜਾ ਵੀ ਧਨੇਠੇ ਵਾਲਾ ਤੇਰਾ ਮਾਣ ਕੀਤਾ ਜਾ